ਪੀਜ਼ਾ ਖਾਣ ਗਏ ਸੀ ਨੌਜਵਾਨ, ਪਿੱਛੋਂ ਚਲਾ ਦਿੱਤੀਆਂ ਗੋਲੀਆਂ। ਆ ਦੇਖੋ ਇਹਨੇ ਸੇਬ ਸ਼ਹਿਰ ਦੇ ਵਿੱਚ ਵੀ ਹੋ ਗਈ ਵੱਡੀ ਵਾਰਦਾਤ। ਤਾਂ ਦੱਸ ਦਈਏ ਕਿ ਤਿੰਨ ਦੋਸਤ ਇਕੱਠੇ ਪੀਜ਼ਾ ਖਾਣ ਨੂੰ ਰਾਤ ਨੂੰ 3 ਵਜੇ ਜਾਂਦੇ ਨੇ, ਤਾਂ ਜਦ ਉਹਨਾਂ ਨੂੰ ਪੀਜ਼ਾ ਨਹੀਂ ਮਿਲਦਾ ਤਾਂ ਵਾਪਸ ਆਪਣੇ ਘਰ ਨੂੰ ਆ ਰਹੇ ਹੁੰਦੇ ਨੇ, ਜਿਸ ਦੇ ਵਿੱਚ ਇੱਕ ਨੌਜਵਾਨ ਫੋਨ 'ਤੇ ਗੱਲਾਂ ਕਰਦਾ ਹੋਇਆ ਅੱਗੇ ਤੁਰਿਆ ਜਾ ਰਿਹਾ ਹੁੰਦਾ ਹੈ ਕਿ ਪਿੱਛੋਂ ਇੱਕ ਗੱਡੀ ਆਉਂਦੀ ਹੈ ਜਿਸ ਦੇ ਵਿੱਚ 6 ਤੋਂ 7 ਹਮਲਾਵਰ ਹੁੰਦੇ ਨੇ ਅਤੇ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਉਹ ਇੱਕ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਦੇ ਨਾਲ ਕੁੱਟਮਾਰ ਕਰਨ ਲੱਗ ਜਾਂਦੇ ਨੇ ਅਤੇ ਉਸਨੂੰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਸਾਰੀ ਵਾਰਦਾਤ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਵਾਰਦਾਤ ਸੇਬ ਸ਼ਹਿਰ ਮੰਨੇ ਜਾਣ ਵਾਲੇ ਚੰਡੀਗੜ੍ਹ ਦੇ ਵਿੱਚ ਹੋਈ ਹੈ, ਜਿੱਥੇ ਦੇਰ ਰਾਤ ਹਨੇਰੇ ਦੇ ਵਿੱਚ 6 ਤੋਂ 7 ਹਮਲਾਵਰ ਆਉਂਦੇ ਨੇ ਅਤੇ ਇੱਕ ਨੌਜਵਾਨ 'ਤੇ ਪਹਿਲਾਂ ਤਾਂ ਗੋਲੀਆਂ ਚਲਾਉਂਦੇ ਨੇ ਅਤੇ ਫਿਰ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਦੇ ਨੇ ਅਤੇ ਇਹ CCTV ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੇ ਨੇ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਬੈਂਕ ਦੇ ਵਿੱਚ ਕੰਮ ਕਰਦਾ ਹੈ ਅਤੇ ਦਿੱਲੀ ਦਾ ਰਹਿਣ ਵਾਲਾ ਹੈ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਹੁਣ CCTV ਦੇ ਆਧਾਰ 'ਤੇ ਇਹਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ, ਜਦਕਿ ਜ਼ਖਮੀ ਸ਼ਖਸ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਤਾਂ ਪੀਜ਼ਾ ਖਾਣਾ ਸ਼ਾਇਦ ਇਹਨਾਂ ਨੂੰ ਮਹਿੰਗਾ ਪੈ ਗਿਆ ਕਿ ਜਿੱਥੇ ਹਮਲਾਵਰਾਂ ਦੇ ਵੱਲੋਂ ਇਹਨਾਂ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਹੁਣ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਦੇ ਉੱਪਰ ਹਮਲਾ ਹੋਇਆ, ਉਸਕਾ ਕੀ ਨਾਮ ਹੈ? ਅੰਕੁਰ। ਅੰਕੁਰ ਕੰਮ ਕੀ ਕਰਦਾ? ਬੈਂਕ ਮੈਂ ਜੌਬ ਕਰਦਾ। ਕਿਹੜੇ ਬੈਂਕ 'ਚ? ਐਂਜਲ ਬੈਂਕ ਦੇ ਸਾਥ। ਕੌਨ ਸਾ ਬੈਂਕ ਹੈ? ਮੋਤੀਲਾਲ। ਚੰਡੀਗੜ੍ਹ 'ਚ ਰਹਿਣ ਵਾਲਾ? ਕਿੱਥੇ ਦਾ ਇਹ ਬੰਦਾ? ਦਿੱਲੀ। ਦਿੱਲੀ ਦਾ? ਕੀ ਨਾਮ ਹੈ ਵੀਰ ਦਾ? ਅੰਕੁਰ। ਅੰਕੁਰ ਦੇ ਨਾਲ ਸੀ ਭਾਈ ਸਾਹਿਬ ਇਹਨਾਂ ਦੇ। ਆਪਕਾ ਕੀ ਨਾਮ ਹੈ? ਖੁਸ਼ਵਿੰਦਰ। ਖੁਸ਼ਵਿੰਦਰ, ਕੀ ਮਾਮਲਾ ਸੀ ਪੂਰਾ? ਤਿੰਨੋਂ ਉਧਰ ਸੇ ਆ ਰਹੇ ਥੇ ਲੈਬਨੋ ਸੇ, 44th ਮਾਰਕੀਟ ਸੇ। ਅੱਛਾ। ਉਧਰ ਪੀਜ਼ਾ ਖਾਣੇ ਕੇ ਲਿਏ ਗਏ। ਠੀਕ ਹੈ। ਤੋ ਬੰਦ ਮਿਲਾ ਤੋ ਹਮ ਵਾਪਸ ਆਨੇ ਲਗੇ। ਦੋ ਬੰਦੇ ਮੇਰੇ ਸਾਥ ਕੇ ਪਿੱਛੇ ਰਹਿ ਗਏ। ਮੈਂ ਉਨ ਸੇ ਜਲਦੀ ਜਲਦੀ ਫੋਨ ਤੇ ਬਾਤ ਕਰਤਾ ਤੇ ਆ ਗਿਆ। ਠੀਕ। ਉਸ ਤੋਂ ਬਾਅਦ ਇਸੇ ਮੇਰੇ ਤਰਫ ਲਾ ਕੇ ਨਿਕਲ ਗਿਆ। ਉਹ ਦੋ ਗਾੜੀ ਆਈ ਬਸ ਵਾਪਸ ਆਤੀ ਸਮੇਂ ਇਸ ਤਰਫ ਸੇ, ਇੱਕ ਵਰਨਾ ਔਰ ਇੱਕ ਸ਼ਿਫਟ। ਕਲਰ ਕੌਣ ਸੇ ਦੀਗੇ? ਬਲੈਕ ਵਰਨਾ ਥੀ, ਵਾਈਟ ਸ਼ਿਫਟ ਥੀ। ਠੀਕ ਹੈ। ਕਿ ਉਸ ਕੇ ਬਾਅਦ ਇਧਰ ਉਹਨੇ ਬਾਈਕ ਮੋੜੀ ਹੈ, ਗਾੜੀ ਮੋੜੀ ਹੈ, ਇਧਰ ਬਾਈਕ ਪਿਛਲੀ ਔਰ ਇਧਰ ਸੇ ਗਾੜੀ ਸੇ ਉਤਰ ਕੇ ਉਧਰ ਤੱਕ ਗਏ। ਅੱਛਾ। ਇਹ ਮੁੱਛੇ ਮਾਰੇ ਮੁੜਦੇ ਕਰਵਾਣ ਵਾਲੇ ਉਧਰ ਸੇ ਫਿਰ ਉਹ ਉਧਰ ਆਏ। ਉਸ ਕੇ ਬਾਅਦ ਉਹ ਗਾੜੀ ਲੈ ਕੇ ਔਰ ਉਧਰ ਸੇ ਭਾਗ ਕੇ ਉਧਰ ਸੇ ਫਿਰ ਫਾਇਰ ਕਰੀ। ਕਿੰਨੇ ਰਾਉਂਡ ਫਾਇਰ ਕੀਤੇ ਹੈ? ਦੋ ਫਾਇਰ। ਪੀਜ਼ਾ ਖਾਣ ਗਏ ਸੀ ਨੌਜਵਾਨ, ਪਿੱਛੋਂ ਚਲਾ ਦਿੱਤੀਆਂ ਗੋਲੀਆਂ। ਆ ਦੇਖੋ ਇਹਨੇ ਸੇਬ ਸ਼ਹਿਰ ਦੇ ਵਿੱਚ ਵੀ ਹੋ ਗਈ ਵੱਡੀ ਵਾਰਦਾਤ। ਤਾਂ ਦੱਸ ਦਈਏ ਕਿ ਤਿੰਨ ਦੋਸਤ ਇਕੱਠੇ ਪੀਜ਼ਾ ਖਾਣ ਨੂੰ ਰਾਤ ਨੂੰ 3 ਵਜੇ ਜਾਂਦੇ ਨੇ, ਤਾਂ ਜਦ ਉਹਨਾਂ ਨੂੰ ਪੀਜ਼ਾ ਨਹੀਂ ਮਿਲਦਾ ਤਾਂ ਵਾਪਸ ਆਪਣੇ ਘਰ ਨੂੰ ਆ ਰਹੇ ਹੁੰਦੇ ਨੇ, ਜਿਸ ਦੇ ਵਿੱਚ ਇੱਕ ਨੌਜਵਾਨ ਫੋਨ 'ਤੇ ਗੱਲਾਂ ਕਰਦਾ ਹੋਇਆ ਅੱਗੇ ਤੁਰਿਆ ਜਾ ਰਿਹਾ ਹੁੰਦਾ ਹੈ ਕਿ ਪਿੱਛੋਂ ਇੱਕ ਗੱਡੀ ਆਉਂਦੀ ਹੈ ਜਿਸ ਦੇ ਵਿੱਚ 6 ਤੋਂ 7 ਹਮਲਾਵਰ ਹੁੰਦੇ ਨੇ ਅਤੇ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਉਹ ਇੱਕ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਦੇ ਨਾਲ ਕੁੱਟਮਾਰ ਕਰਨ ਲੱਗ ਜਾਂਦੇ ਨੇ ਅਤੇ ਉਸਨੂੰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਸਾਰੀ ਵਾਰਦਾਤ CCTV ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਵਾਰਦਾਤ ਸੇਬ ਸ਼ਹਿਰ ਮੰਨੇ ਜਾਣ ਵਾਲੇ ਚੰਡੀਗੜ੍ਹ ਦੇ ਵਿੱਚ ਹੋਈ ਹੈ, ਜਿੱਥੇ ਦੇਰ ਰਾਤ ਹਨੇਰੇ ਦੇ ਵਿੱਚ 6 ਤੋਂ 7 ਹਮਲਾਵਰ ਆਉਂਦੇ ਨੇ ਅਤੇ ਇੱਕ ਨੌਜਵਾਨ 'ਤੇ ਪਹਿਲਾਂ ਤਾਂ ਗੋਲੀਆਂ ਚਲਾਉਂਦੇ ਨੇ ਅਤੇ ਫਿਰ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਦੇ ਨੇ ਅਤੇ ਇਹ CCTV ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੇ ਨੇ। ਤਾਂ ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਬੈਂਕ ਦੇ ਵਿੱਚ ਕੰਮ ਕਰਦਾ ਹੈ ਅਤੇ ਦਿੱਲੀ ਦਾ ਰਹਿਣ ਵਾਲਾ ਹੈ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਹੁਣ CCTV ਦੇ ਆਧਾਰ 'ਤੇ
ਇਨ੍ਹਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ, ਜਦਕਿ ਜ਼ਖਮੀ ਸ਼ਖਸ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਤਾਂ ਪੀਜ਼ਾ ਖਾਣਾ ਸ਼ਾਇਦ ਇਹਨਾਂ ਨੂੰ ਮਹਿੰਗਾ ਪੈ ਗਿਆ ਕਿ ਜਿੱਥੇ ਹਮਲਾਵਰਾਂ ਦੇ ਵੱਲੋਂ ਇਹਨਾਂ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਹੁਣ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਦੇ ਉੱਪਰ ਹਮਲਾ ਹੋਇਆ, ਉਸਦਾ ਕੀ ਨਾਮ ਹੈ? ਅੰਕੁਰ। ਅੰਕੁਰ ਕੰਮ ਕੀ ਕਰਦਾ? ਬੈਂਕ ਮੈਂ ਜੌਬ ਕਰਦਾ ਹਾਂ। ਕਿਹੜੇ ਬੈਂਕ 'ਚ? ਬੈਂਕ ਖੁਸ਼ਵਿੰਦਰ ਕੀ ਮਾਮਲਾ ਸੀ ਪੂਰਾ? ਤਿੰਨੋ ਉਧਰ ਸੇ ਆ ਰਹੇ ਥੇ, ਲੈ ਤਿੰਨੋ ਸੇ 44 ਮਾਰਕੀਟ ਸੇ। ਅੱਛਾ। ਉਧਰ ਪੀਜ਼ਾ ਖਾਣੇ ਕੇ ਲਿਏ ਗਏ। ਠੀਕ ਹੈ। ਬੰਦ ਮਿਲਾ ਤੋ ਹਮ ਵਾਪਸ ਆਨੇ ਲਗੇ, ਦੋ ਬੰਦੇ ਮੇਰੇ ਸਾਥ ਕੇ ਪਿੱਛੇ ਰਹਿ ਗਏ, ਮੈਂ ਉਨ ਜਲਦੀ ਜਲਦੀ ਫੋਨ ਤੇ ਬਾਤ ਕਰਤਾ ਤੇ ਆ ਗਿਆ। ਠੀਕ। ਉਸ ਤੋਂ ਬਾਅਦ ਇਸੇ ਮੇਰੇ ਤਰਫ ਲਾ ਕੇ ਨਿਕਲ ਗਿਆ, ਉਹ ਦੋ ਗਾਡੀ ਆਈ ਬਸ ਵਾਪਸ ਆਤੀ ਸਮੇਂ ਇਸ ਤਰਫ ਸੇ, ਇੱਕ ਵਰਨਾ ਔਰ ਇੱਕ ਸ਼ਿਫਟ। ਕਲਰ ਕੌਣ ਸੇ ਸੀਗੇ? ਬਲੈਕ ਵਰਨਾ ਥੀ, ਵਾਈਟ ਸ਼ਿਫਟ ਥੀ। ਠੀਕ ਹੈ। ਉਸ ਕੇ ਬਾਅਦ ਇਧਰ ਉਹਨੇ ਬਾਈਕ ਮੋੜੀ ਹੈ, ਗਾਡੀ ਮੋੜੀ ਹੈ, ਇਧਰ ਬਾਈਕ ਖਿੱਚ ਲਈ ਔਰ ਇਧਰ ਸੇ ਗਾਡੀ ਸੇ ਉਤਰ ਕੇ ਉਧਰ ਤੱਕ ਗਏ। ਅੱਛਾ। ਇਹ ਮੁੱਖੇ ਮਾਰੇ ਮੁੜਦੇ ਕਰਵਾਉਣ ਵਾਲੇ ਉਧਰ ਸੇ ਫਿਰ ਉਹ ਉਧਰ ਆਏ ਹਾਂ। ਉਸ ਕੇ ਬਾਅਦ ਉਹ ਗਾਡੀ ਲੈ ਕੇ ਔਰ ਉਧਰ ਸੇ ਭਾਗ ਕੇ ਉਧਰ ਸੇ ਫਿਰ ਫਾਇਰ ਕਰੀ। ਕਿੰਨੇ ਰਾਉਂਡ ਫਾਇਰ ਕੀਤੇ ਹੈ? ਦੋ ਫਾਇਰ ਕਰੇ। ਦੋ ਫਾਇਰ